ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਦਰਬਾਰ ਸਾਹਿਬ ਦਾ ਹੁਕਮਨਾਮਾ ਸਵੇਰੇ ਸੁਣਿਆ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਆਪਣੇ ਮਾਇੰਡ ਨੂੰ ਆਪਣੇ ਮਨ ਨੂੰ ਸਮਝਾ ਲਈਏ ਕਿ ਜਦ ਅਸੀਂ ਪ੍ਰਭੂ ਦੀ ਸ਼ਰਨ ਚਲੇ ਜਾਂਦੇ ਹਾਂ, ਇਹ ਤਾਂ ਵਿਚਾਰਨਾ ਬਹੁਤ ਜ਼ਰੂਰੀ ਆ। ਫਿਰ ਸਾਡੇ ਕੋਲ ਚੀਜ਼ਾਂ ਆਉਂਦੀਆਂ ਨੇ, ਜਿਹੜੀ ਚੀਜ਼ਾਂ ਅਸੀਂ ਲੱਭ ਰਹੇ ਹਾਂ, ਭਾਵੇਂ ਪਰਸਨਲ ਲਾਈਫ ਵਿੱਚ ਭਾਵੇਂ ਪੰਥਕ ਲਾਈਫ ਵਿੱਚ। 10 ਨਵੰਬਰ 2015 ਵਿੱਚ ਜਿਹੜਾ ਸਰਬੱਤ ਖਾਲਸਾ ਦਰਬ ਅੰਮ੍ਰਿਤਸਰ ਵਿੱਚ ਹੋਇਆ ਸੀ, ਉੱਥੋਂ ਦੋ ਮੇਜਰ ਮੈਂਡੇਟ ਸਾਡੇ ਸਾਹਮਣੇ ਆਏ ਸੀਗੇ। ਇੱਕ ਇਹ ਸੀਗਾ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੇ, ਉਹਨਾਂ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ, ਉਹਨਾਂ ਦੇ ਕੁਝ ਆਫਿਸਿਸ ਹੋਣੇ ਚਾਹੀਦੇ ਨੇ, ਜਿਹਦਾ ਕਿ ਸਿਸਟਮ ਕਿਸੇ ਵੀ ਸਟੇਟ ਥੱਲੇ ਅਤੇ ਕਿਸੇ ਵੀ ਪੋਲੀਟੀਕਲ ਪਾਰਟੀ ਇਨਕਲੂਡਿੰਗ ਸਿੱਖ ਪੋਲੀਟੀਕਲ ਪਾਰਟੀਆਂ ਦੇ ਦਬਾਅ ਥੱਲੇ ਨਾ ਹੋਵੇ। ਅਤੇ ਇਹ ਸਾਰੇ ਸਿਸਟਮ ਦੇ ਵਿੱਚ ਕੋਈ ਇੱਕ ਗਲੋਬਲ ਰੈਪ੍ਰਜੈਂਟੇਸ਼ਨ ਚਾਹੀਦੀ ਆ, ਜਿਹਦੇ ਲਈ ਫਰੇਜ਼ ਵਰਤੀ ਗਈ ਸੀ ਵਰਲਡ ਸਿੱਖ ਪਾਰਲੀਮੈਂਟ। ਇਸ 'ਤੇ ਇਹ ਐਲਾਨ ਕੀਤਾ ਗਿਆ, ਸੰਗਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਹੜੇ ਔਰਗਨਾਈਜ਼ਰ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ, ਜਿਹੜੇ ਨਹੀਂ ਵੀ ਔਰਗਨਾਈਜ਼ਰ ਸੀ ਸਾਰਿਆਂ ਨੂੰ ਪਤਾ ਲੱਗ ਗਿਆ। ਫਿਰ ਅਸੀਂ ਉਡੀਕਾਂ ਵਿੱਚ ਸੀਗੇ ਕਿ ਕਮੇਟੀਆਂ ਬਣਨਗੀਆਂ ਜਿਹੜੀਆਂ ਇਹ ਦੋਵਾਂ ਦੇ ਕੰਮ ਕਰਨਗੀਆਂ। 3 ਨਵੰਬਰ ਦੀ ਡੇਟ ਅਨਾਊਂਸ ਕੀਤੀ ਗਈ ਸੀ, ਉਹ ਕੁਝ ਕਾਰਨਾਂ ਕਰਕੇ ਉਹਨਾਂ ਤੋਂ ਨਹੀਂ ਬਣ ਸਕੀ। ਫਿਰ 31 ਦਸੰਬਰ ਦਿੱਤੀ ਗਈ ਸੀ, ਫਿਰ ਜਦ ਉਹ ਵੀ ਨਹੀਂ ਬਣੀ, ਫਿਰ ਦਾਸ ਨੇ ਅਤੇ ਹੋਰ ਜਣਿਆਂ ਨਾਲ ਰਲ ਕੇ ਇਹ ਵਿਚਾਰ ਕਰਨੀ ਸ਼ੁਰੂ ਕੀਤੀ ਕਿ ਜਿਹੜਾ ਮਰਜ਼ੀ ਵੀ ਜਥੇਬੰਦੀ ਬੰਦੇ ਇੰਸਟੀਟਿਊਸ਼ਨਸ ਜਿਹੜੇ ਵੀ ਇਕੱਠੇ ਹੋ ਕੇ ਅਗਲਾ ਸਰਬੱਤ ਖਾਲਸਾ ਕਰਨਗੇ, ਉਹਨਾਂ ਨੂੰ ਇਹ ਕੰਮ ਕਰਕੇ ਕੁਛ ਤਿਆਰ ਕਰਕੇ ਇੱਕ ਨਮੂਨਾ ਇੱਕ ਦਸਤਾਵੇਜ਼ ਤਾਂ ਦੇਣ ਦੀ ਲੋੜ ਆ। ਅਸੀਂ ਫਿਰ 1 ਜਨਵਰੀ ਨੂੰ ਕੁਛ ਜਣਿਆਂ ਨੇ ਬਹਿ ਕੇ ਇਹਦੀ ਇੱਕ ਕਨਵਰਸੇਸ਼ਨ, ਇਹਦਾ ਡਾਇਲੋਗ, ਇਹਦੀ ਗੱਲਬਾਤ ਫਰੇਮ ਕਰਨੀ ਸ਼ੁਰੂ ਕੀਤੀ ਕਿ ਪੰਥ ਵਿੱਚ ਇਹ ਦੋ ਮੇਜਰ ਕੰਮ ਕਿਵੇਂ ਕੀਤੇ ਜਾਣ, ਜਾਂ ਆਪਾਂ ਵੇਟ ਕਰਦੇ ਰਹੀਏ ਜਾਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਈਏ, ਅਤੇ ਜੇ ਸ਼ੁਰੂ ਕਰਨਗੇ ਉਹ ਪੰਥਕ ਲੈਵਲ 'ਤੇ ਇਹਨੂੰ ਪ੍ਰਜੈਂਟ ਕਰਨ ਅਤੇ ਓਪਨ ਡਾਇਲੋਗ ਕਰਨ। ਇਹਦੇ ਵਿੱਚ ਫਿਰ ਅਸੀਂ ਪਹਿਲਾਂ ਕਨਵਰਸੇਸ਼ਨ ਨੂੰ ਫਰੇਮ ਕੀਤਾ, ਗੱਲ ਨੂੰ ਫਰੇਮ ਕੀਤਾ। ਉਹ ਕੀ ਸੀਗੀ ਕਿ ਪੰਥ ਦੇ ਵਿੱਚ ਅੱਜ ਦੁਬਾਰਾ ਇਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਮੁੱਖ ਰੱਖ ਕੇ ਇਹ ਗੱਲ ਕਰਨ ਦੀ ਲੋੜ ਆ, ਮੇਰੀ ਪੀੜ੍ਹੀ ਦੇ ਮਾਲਕ ਜਿਨ੍ਹਾਂ ਨੇ ਸਾਨੂੰ ਅਕਾਲ ਤਖਤ ਸਾਹਿਬ ਦਿੱਤਾ, ਕਿ ਜਦ ਅਸੀਂ ਅੱਜ ਸਰਬੱਤ ਖਾਲਸਾ ਆਖਦੇ ਹਾਂ, ਅੱਜ ਅਕਾਲ ਤਖਤ ਸਾਹਿਬ ਲਫਜ਼ ਆਖਦੇ ਹਾਂ, ਅੱਜ ਜਦ ਅਸੀਂ ਜਥੇਦਾਰ ਸਾਹਿਬਾਨ ਲਫਜ਼ ਆਖਦੇ ਹਾਂ, ਜਦ ਅਸੀਂ 5 ਪਿਆਰੇ ਲਫਜ਼ ਆਖਦੇ ਹਾਂ, ਇਹਨਾਂ ਦੀ ਆਪਸ ਵਿੱਚ ਕੀ ਤਾਲਮੇਲ ਆ, ਇਹਨਾਂ ਦਾ ਕਿਹੜਾ ਚੈੱਕਸ ਐਂਡ ਬੈਲੈਂਸਿਸ ਆ, ਇਹਨਾਂ ਕਿੰਨਾ ਕ੍ਰਾਈਟੀਰੀਆ ਇਹਨਾਂ ਦੇ ਕੀ ਹੋਣ, ਇਹਨਾਂ ਦੇ ਮੈਂਡੇਟ ਕੀ ਹੋਣ, ਅਤੇ ਇਹਨਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਅਕਾਊਂਟੇਬਲ ਰੱਖਣ ਦਾ ਕੀ ਤਰੀਕਾ ਹੋਵੇ। ਇਹ ਪੂਰੇ ਪੰਥ ਵਿੱਚ ਕਲੀਅਰ ਹੋ ਚੁੱਕਿਆ ਕਿ ਗੁਰੂ ਗ੍ਰੰਥ ਸਾਹਿਬ ਅਤੇ ਸਾਡੀ ਸਾਰਿਆਂ ਦੀ, 30 ਮਿਲੀਅਨ ਸਿੱਖਾਂ ਦੀ, 3 ਕਰੋੜ ਦੀ ਜਿਹੜੀ ਆਬਾਦੀ ਆ ਦੇਸ਼ ਵਿੱਚ ਅਤੇ ਪ੍ਰਦੇਸ਼ਾਂ ਵਿੱਚ, ਸਾਰੇ ਮੰਨਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ। ਗੱਲ ਇਹ ਹੈ ਕਿ ਫਿਰ ਜਿਹੜੇ ਮੰਨਦੇ ਆ, ਸਾਨੂੰ ਅੱਜ 2016 ਵਿੱਚ ਇਹ ਸੋਚਣਾ ਪੈਣਾ ਕਿ ਇਹਨਾਂ ਸਾਰੇ ਜਥੇਬੰਦੀਆਂ ਦਾ ਆਪਸ ਵਿੱਚ ਕੀ ਤਾਲਮੇਲ ਆ। ਇਹ ਕਨਵਰਸੇਸ਼ਨ ਨੂੰ ਅਸੀਂ ਔਨਲਾਈਨ freeakaltakht.org 'ਤੇ ਫਰੇਮ ਕੀਤਾ, ਉਹ 'ਤੇ ਲੋਕਾਂ ਦੇ ਨਾਲ ਸਲਾਹ ਲੈਣੀ ਸ਼ੁਰੂ ਕੀਤੀ, ਅਤੇ ਜਿਹੜੇ ਵੀ ਜਥੇਬੰਦੀਆਂ ਕਹਿ ਰਹੀਆਂ ਅਸੀਂ ਇਹਨਾਂ ਇਸ਼ੂਸ 'ਤੇ ਕੰਮ ਕਰ ਰਹੇ ਹਾਂ, ਉਹਨਾਂ ਨਾਲ ਈਮੇਲ ਦੇ ਰਾਹੀਂ ਪਰਸਨਲੀ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਦਸਤਾਵੇਜ਼ ਸ਼ੇਅਰ ਕਰੋ, ਤਾਂ ਕਿ ਆਪਾਂ ਇਹ ਕਨਵਰਸੇਸ਼ਨ ਨੂੰ ਸੰਗਤੀ ਰੂਪ ਵਿੱਚ, ਪੰਥਕ ਰੂਪ ਵਿੱਚ ਇਕੱਠੇ ਚਲਾ ਸਕੀਏ ਅੱਗੇ। ਇਹਦੇ ਲਈ ਫਿਰ ਅਸੀਂ ਟਾਊਨ ਹਾਲ ਮੀਟਿੰਗਸ ਕੀਤੀਆਂ, ਭਾਵ ਅਮੈਰੀਕਾ ਵਿੱਚ, ਕੈਨੇਡਾ ਦੇ ਵਿੱਚ, UK ਦੇ ਵਿੱਚ, ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਪਰਸਨਲੀ ਜਾ ਕੇ ਔਰਗਨਾਈਜੇਸ਼ਨਸ ਦੇ ਨਾਲ ਗੱਲਾਂ ਕਰਦੀਆਂ, ਅਤੇ ਪਬਲਿਕ ਲੈਵਲ 'ਤੇ ਸੰਗਤ ਦੇ ਮੁੱਖ ਰੱਖ ਕੇ ਗੱਲਾਂ ਕਰਦੀਆਂ। ਉਹਦੇ ਵਿੱਚੋਂ ਹੁਣ ਤੱਕਰ ਇਹ ਨਿਕਲਿਆ ਕਿ ਜਿਹੜਾ ਆਉਣ ਵਾਲਾ ਪ੍ਰੋਸੈਸ ਹੈਗਾ, ਉਹ ਭਾਵੇਂ 1 ਮਹੀਨੇ ਵਿੱਚ ਸਰਬੱਤ ਖਾਲਸਾ ਹੁੰਦਾ ਜਾਂ 2016 ਵਿੱਚ ਕਦੇ ਵੀ ਹੁੰਦਾ, ਘੱਟ ਤੋਂ ਘੱਟ ਸਾਨੂੰ ਕੁਛ ਮਿਆਰ ਹੁਣ ਲਈ ਬਣਾ ਲੈਣੇ ਚਾਹੀਦੇ ਨੇ, ਅਤੇ ਬਾਕੀ ਅਸੀਂ ਗੱਲਾਂ ਜਾਰੀ ਰੱਖੀਏ ਤਾਂ ਕਿ ਆਉਣ ਵਾਲੇ 2, 3, 4, 5 ਸਾਲਾਂ ਵਿੱਚ ਜਦ ਵੀ ਸਾਡਾ ਅਕਾਲ ਤਖਤ ਸਾਹਿਬ ਆਜ਼ਾਦ ਹੁੰਦਾ, ਉਹਦਾ ਇੱਕ ਪ੍ਰੋਪਰ ਵਿਧੀ ਵਿਧਾਨ ਬਣਿਆ ਹੋਵੇ। ਹੁਣ ਤੱਕਰ ਦੀ ਗੁੱਡ ਨਿਊਜ਼ ਇਹ ਹੈ ਕਿ ਜਿਹੜੀ ਹੁਣੇ ਲਾਸਟ ਕਾਨਫਰੰਸ ਹੋਈ ਸੀ, ਉੱਥੇ ਜਿੱਥੇ ਵੱਖਰੇ ਵੱਖਰੀ ਸੋਚਾਂ ਵਾਲੇ ਲੋਕ ਆਏ ਸੀ, ਉੱਥੇ ਵੀ ਇੱਕ ਐਕਸਰਸਾਈਜ਼ ਕੀਤੀ ਗਈ, ਜਿਹਦੇ ਵਿੱਚੋਂ ਫਿਰ ਅਕਾਲ ਤਖਤ ਸਾਹਿਬ ਦੀ ਟੀਮ ਨੇ ਫੈਸਿਲੀਟੇਟ ਕਰਾਇਆ ਕਿ ਜਿਹੜਾ ਅਗਲਾ ਸਰਬੱਤ ਖਾਲਸਾ ਭਾਵੇਂ ਅਪ੍ਰੈਲ ਵਿੱਚ ਹੋ ਰਿਹਾ, ਉਹਦੇ ਲਈ ਸਾਨੂੰ ਘੱਟ ਤੋਂ ਘੱਟ ਮਿਆਰ, ਸਾਡਾ ਪ੍ਰੋਸੈਸ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਦੇ ਬੰਦੇ ਬੁਲਾਏ ਜਾਣ, ਕਿਸ ਤਰ੍ਹਾਂ ਦਾ ਮੈਂਡੇਟ 'ਤੇ ਗੱਲ ਕੀਤੀ ਜਾਵੇ, ਉਹਦੇ ਵਿੱਚ ਕਿੱਥੋਂ ਕਿੱਥੋਂ ਦੀ ਸ਼ਮੂਲੀਅਤ ਲਿਆਈ ਜਾਵੇ, ਉਹਦੇ ਵਿੱਚ ਕਿਸ ਤਰ੍ਹਾਂ ਸਿੱਖਾਂ ਦੀ ਦੇਸ਼ਾਂ ਅਤੇ ਪ੍ਰਦੇਸ਼ਾਂ ਦੀ ਸ਼ਮੂਲੀਅਤ ਲਿਆਈ ਜਾਵੇ, ਇਹ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਮਿਆਰ, ਉਹਦੇ ਕ੍ਰਾਈਟੀਰੀਆ ਬਣਾਏ। ਸਿਮਿਲਰਲੀ ਜਿਹੜੇ ਅਗਲੇ ਅਕਾਲ ਤਖਤ ਸਾਹਿਬ ਦੇ ਜਾਂ ਹੋਰ ਜਥੇਦਾਰ ਚੁਣੇ ਜਾਣ, ਕਿਉਂਕਿ ਪਿਛਲੇ ਸਰਬੱਤ ਖਾਲਸੇ 'ਚ ਕਿਹਾ ਗਿਆ ਸੀ ਇਹ ਕਾਰਜਕਾਰੀ ਨੇ, ਇੰਟਰਮ ਨੇ, ਉਹਨਾਂ ਦਾ ਕੀ ਕ੍ਰਾਈਟੀਰੀਆ ਹੋਣਾ ਚਾਹੀਦਾ, ਉਹਦੇ 'ਤੇ ਵੀ ਸਹਿਮਤੀ ਹੋਈ ਆ। ਇਹ ਸਾਰਾ ਕੁਛ ਅਸੀਂ ਆਪਣੀ ਵੈਬਸਾਈਟ ਦੇ ਉੱਤੇ ਅਤੇ ਹੋਰ ਥਾਵਾਂ 'ਤੇ ਵੀ ਪਬਲਿਕ ਲੈਵਲ 'ਤੇ, ਸੰਗਤ ਦੇ ਲੈਵਲ 'ਤੇ ਲਿਜਾ ਰਹੇ ਹਾਂ। ਹੁਣ ਸਾਡੇ ਸਾਹਮਣੇ 2 ਕੰਮ ਨੇ ਕਰਨ ਵਾਲੇ। ਪਹਿਲਾਂ ਤਾਂ ਇਹ ਹੈਗਾ ਕਿ ਜਿਹੜੇ ਵੀ ਇਹ ਕੋਈ ਵੀ ਔਰਗਨਾਈਜੇਸ਼ਨ ਜਾਂ ਜਿਹੜੇ ਵੀ ਔਰਗਨਾਈਜ਼ਰ ਸੁਣਦੇ ਨੇ ਅਗਲੇ ਸਰਬੱਤ ਖਾਲਸੇ ਦੇ ਅਗਲੇ ਜਥੇਦਾਰਾਂ ਚੁਣਨ ਲਈ, ਇਹ ਗੱਲਾਂ ਨੂੰ ਉਹ ਸਮਝਣ ਅਤੇ ਦੇਖਣ ਅਤੇ ਇਹਨੂੰ ਹੋਰ ਬੈਟਰ ਕਰਨ, ਤਾਂ ਕਿ ਅਸੀਂ ਕਿਸੇ ਪ੍ਰੋਸੈਸ ਦੇ ਵਿੱਚ ਆਈਏ। ਸਾਨੂੰ ਸ਼ਬਦ ਨੂੰ ਮੁੱਖ ਰੱਖ ਕੇ ਅਤੇ ਸੰਗਤ ਨੂੰ ਮੁੱਖ ਰੱਖ ਕੇ ਕੰਮ ਕਰਨ ਦੀ ਲੋੜ ਆ। ਆਉਣ ਵਾਲੇ ਮਹੀਨਿਆਂ ਵਿੱਚ ਸਾਰਾ ਕੁਛ ਠੀਕ ਨਹੀਂ ਹੋਊਗਾ, ਬਟ ਸਾਡੀ ਤਿਆਰੀ ਹੋਣੀ ਚਾਹੀਦੀ ਆ ਕਿ ਪਿਛਲੇ ਨਾਲੋਂ ਹੁਣ ਬੈਟਰ ਹੋ ਜਾਵੇ, ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਪੂਰਾ ਪ੍ਰੋਸੈਸ ਡਿਫਾਈਨ ਹੋਵੇ। ਇਹ ਪ੍ਰੋਸੈਸ ਨੂੰ ਅਸੀਂ ਲੂਮੀਓ ਵਰਗੇ ਸੋਫਟਵੇਅਰ 'ਤੇ ਵੀ ਲਿਜਾ ਰਹੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਸੰਗਤ ਦੇ ਲੈਵਲ 'ਤੇ, ਜਥੇਬੰਦੀ ਦੇ ਲੈਵਲ 'ਤੇ,
ਜਿਹੜੇ 3 ਕਰੋੜ ਦੀ ਆਬਾਦੀ 'ਚ ਅਸੀਂ ਵਸ ਰਹੇ ਹਾਂ, ਅਸੀਂ ਸਾਰਿਆਂ ਨੂੰ ਜਿਵੇਂ ਵਿਮੈਨ ਨੂੰ ਕਿਵੇਂ ਇਨਕਲੂਡ ਕਰਨਾ, ਯੰਗਸਟਰਸ ਨੂੰ ਕਿਵੇਂ ਇਨਕਲੂਡ ਕਰਨਾ, ਦਲਿਤ ਭਾਈਚਾਰੇ ਨੂੰ ਕਿਵੇਂ ਇਨਕਲੂਡ ਕਰਨਾ, ਜਿਹੜੀਆਂ ਪੰਥਕ ਵਿਚਾਰਾਂ ਵੱਖਰਾ ਵੱਖਰੀਆਂ ਲੋਕਾਂ ਰੱਖਦੇ ਨੇ ਉਹਨਾਂ ਸਾਰਿਆਂ ਨੂੰ ਕਿਵੇਂ ਇਨਕਲੂਡ ਕਰਨਾ, ਇਹਦੇ ਉੱਤੇ ਗਹਿਰ ਗੰਭੀਰ ਲੈਵਲ 'ਤੇ ਡਾਇਲੋਗ 'ਤੇ ਚਰਚਾ ਕਰਨ ਦੀ ਲੋੜ ਆ। ਇਹਨੂੰ ਅਸੀਂ ਜਾਰੀ ਰੱਖੀਏ। freeakaltak.org 'ਤੇ ਤੁਸੀਂ ਇਹਦੀ ਡਿਟੇਲ ਜਾ ਕੇ ਲੈ ਸਕਦੇ ਹੋ ਅਤੇ ਅਸੀਂ ਇਹ ਚਰਚਾ ਹੁਣ ਦੇਸ਼ਾਂ ਪ੍ਰਦੇਸ਼ਾਂ ਤੋਂ ਪੰਜਾਬ ਵੱਲ ਵੀ ਲਿਜਾ ਰਹੇ ਹਾਂ ਤਾਂ ਕਿ ਅਗਲਾ ਸਰਬੱਤ ਖਾਲਸਾ ਪਿਛਲੇ ਸਰਬੱਤ ਖਾਲਸਾ ਨਾਲੋਂ ਬੈਟਰ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।